ਯੂਰਪ ਬਣਾਇਆ ਟਹਿਲ ਮੰਤਰੀ ਦਾ ਮਤਲਬ ਕੀ ਹੈ ਦੱਸੋ ਤੁਸੀਂ ਨਾ ਯੂਰਪ ਬਣਾਇਆ ਇਹਨੂੰ ਅੰਬਰਸਰ ਨੂੰ ਯੂਰਪ ਬਣਾਇਆ ਦੱਸੋ ਅੱਗੇ ਪੁੱਛੋ ਨਾ ਲਾਈਆਂ ਵਾ ਸਾਰੀ ਮੈਂ ਯੂਰਪ ਲੱਗੀਆਂ ਜਾ ਗਏ ਜੇ ਬਾਹਰ ਕਦੀ ਵੇਖਿਆ ਜੇ ਕਦੀ ਘੁੰਮੋ ਘੁੰਮੇ ਆ ਉਹਨਾਂ ਨੂੰ ਪਤਾ ਮੈਂ ਤਾਂ ਜਿੱਥੇ ਯੂਰਪ ਗਿਆ ਨਾ ਜੋ ਕਨਸੈਪਟ ਵੇਖਿਆ ਇੱਥੇ ਕਰਤਾ ਸਭ ਕੁਛ ਮਕੈਨੀਕਲ ਸਵੀਪਿੰਗ ਕਰਤੀ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਕਰਤੀ ਟਾਈਲਾਂ ਕਰਤੀਆਂ ਐਂਡ ਟੂ ਐਂਡ ਵਾਲ ਟੂ ਵਾਲ ਲੋਕ ਕਹਿੰਦੇ ਨਾ ਚਿੱਟੀ ਕਮੀਜ਼ ਗੰਦੀ ਨਹੀਂ ਹੁੰਦੀ ਹਫ਼ਤਾ ਮੈਂ ਬਣਾ ਦਿੱਤਾ ਹੋ ਜਿਹਾ ਹਲਕਾ ਬਾਗ ਬਗੀਚੇ ਦੂਰ ਵੇਖਣ ਤੱਕ ਇੱਕ ਕਾਗਜ਼ ਨੈਪਕਿਨ ਨਹੀਂ ਲੱਭਦਾ ਇਹ ਤੁਸੀਂ ਜਿਹੜੀ ਪੜ੍ਹ ਕੇ ਆਉਂਦੇ ਨਾ ਗੱਲਾਂ ਉਹ ਪੜ੍ਹ ਕੇ ਤੁਸੀਂ ਆਪਣੇ ਹਲਕੇ ਦੇ ਵਿੱਚ ਜਿਹੜਾ ਨਾਲਾ ਪੈਂਦਾ ਸੀ ਉਹ ਕਵਰ ਕਰ ਦਿੱਤਾ ਤਾਂ ਉਹਦੇ ਕੋਲ ਕਿਉਂ ਨਹੀਂ ਕਵਰ ਹੋਇਆ ਉਹਨੂੰ ਪੁੱਛੋ ਨਾ ਜਾ ਕੇ ਜਿਹੜਾ ਗੰਦ 'ਚ ਰਹੀ ਜਾਂਦਾ ਹੋ ਸਕਦਾ ਸੀ ਕਵਰ ਜਿਹੜਾ ਨਹੀਂ ਕਰਦਾ ਦੇਖੋ ਗੱਲ ਕਿਹੜੀ ਦੁਨੀਆ ਦੇ ਜੇ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਰਤੀ ਤੇ ਕਿਹੜਾ ਨਹੀਂ ਹੋ ਸਕਦਾ ਮੈਨੂੰ ਅੱਜ ਤੱਕ ਕੋਈ ਪੋਲੀਟੀਕਲ ਵਿਹਲਿਆ ਬੰਦੇ ਦੀ ਹਾਈ ਟੈਂਸ਼ਨ ਤਾਰਾਂ ਨਹੀਂ ਕਿਸੇ ਨੇ ਕਰਾਈਆਂ ਕਰਾਤੀਆਂ ਸੇਵਕ ਨੇ ਕਰਾਤੀਆਂ ਟਾਈਲਾਂ ਹੁਣ ਵੀ ਲੱਗਦੀਆਂ ਪਈਆਂ ਕਿਉਂ ਲੱਗਦੀਆਂ ਪਈਆਂ ਬਿਲਕੁਲ ਮੌਕਾ ਮਿਲੂਗਾ ਸਭ ਕੁਛ ਕਰਾਂਗੇ ਏ ਟੂ ਜੈਡ ਇਹ ਸਮਾਰਟ ਸਿਟੀ ਆ ਇੱਥੇ ਗੰਦ ਦੀ ਬੋ ਦੀ ਇੱਥੇ ਲੋਕਾਂ ਦੀਆਂ ਬਿਮਾਰੀਆਂ ਦੀ ਕੋਈ ਜਗ੍ਹਾ ਨਹੀਂ ਸਮਾਰਟ ਸਿਟੀ 'ਚ ਸਾਰਾ ਕੁਛ ਹੋਣ ਵਾਲਾ ਵਾ ਹੈ ਹੋਇਆ ਕੀ ਜੋ ਅਸੀਂ ਬਣਾਇਆ ਸਾਰਾ ਬਰਬਾਦ ਕਰਤਾ ਇਹਨਾਂ ਨੇ ਤੁਸੀਂ ਪੁੱਛੋ ਕਿਹੜਾ ਕੰਮ ਉਹ ਦੱਸਦਾ ਤੁਹਾਨੂੰ ਕਿਹੜਾ ਕਿਹੜਾ ਆਈ ਟੀ ਸਿਟੀ ਬਣਾਵਾਂਗੇ ਇਹਨੂੰ ਮੈਡੀਕਲ ਟੂਰਿਜ਼ਮ ਲੈ ਕੇ ਆਵਾਂਗੇ ਸਪੋਰਟਸ ਟੂਰਿਜ਼ਮ ਲੈ ਕੇ ਆਵਾਂਗੇ ਸਮਾਰਟ ਸਿਟੀ ਐਸ ਸੇਵਕ ਨੇ ਡਿਕਲੇਅਰ ਕਰਾਇਆ ਸਮਾਰਟ ਸਿਟੀ ਅਰਬਾਂ ਰੁਪਏ ਆ ਇਹ ਕੋ ਨਹੀਂ ਲਿਆਂਦੇ ਗਏ ਨਹੀਂ ਕੁਛ ਹੋ ਪਾਇਆ ਅੱਜ ਕੱਲ੍ਹ ਹਲਕੀਆਂ ਗੱਲਾਂ ਤੇ ਆ ਗਏ ਫਿਰ ਜਵਾਬ ਦੇਣ ਕੰਮ ਦਾ ਮੈਂ ਤੇ ਆਖਿਆ ਪਹਿਲੀ ਵਾਰੀ ਲੋਕਲ ਵਰਸਿਸ ਲੋਕਲ ਲਾਟਰੀ ਐਮ ਪੀ ਹੈ ਲਾਟਰੀ ਐਮ ਪੀ ਪਹਿਲੀ ਵਾਰੀ ਲਾਟਰੀ ਨਿਕਲੀ ਜਦੋਂ ਕੈਪਟਨ ਸਾਹਿਬ ਨੇ ਛੱਡੀ ਅਤੇ ਵੇਵ ਸੀ ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਸਹੁੰ ਖਾਧੀ ਨਾਲ ਦੀ ਨਾਲ ਐਮ ਪੀ ਬਣ ਕੇ ਲਾਟਰੀ ਨਿਕਲ ਆਈ ਦੂਜੀ ਵਾਰੀ ਬਾਹਰੋਂ ਆ ਗਏ ਪੁਰੀ ਸਾਹਿਬ ਫਿਰ ਲਾਟਰੀ ਨਿਕਲ ਆਈ ਪਹਿਲੀ ਵਾਰੀ ਲੋਕਲ ਵਰਸਿਸ ਲੋਕਲ ਕੰਮ ਵਰਸਿਸ ਇਹ ਕੀ ਹੈ ਭਲਾ ਜੀਰੋ ਕੰਮ ਗਣਾਉਣ ਆਪਣਾ ਇੱਕ ਸਿੰਗਲ ਕਿਹਾ ਇਹ ਆਉਂਦੇ ਆ ਮੇਰੇ ਕੰਮ ਜੀ ਮੇਰੀ ਪ੍ਰੋਫਾਈਲ 'ਤੇ ਵੇਖ ਲਓ ਫੇਸਬੁੱਕ 'ਤੇ ਵੇਖ ਲਓ ਉਹਨੂੰ ਕਹਾਂ ਕੀ ਕਹਿੰਦਾ ਵੀ ਇਹ ਕੰਮ ਮੈਂ ਕੀਤਾ ਜਿਹੜੀ ਸੜਕ 'ਤੇ ਖਲੋਗੇ ਅਨਿਲ ਜੋਸ਼ੀ ਨੇ ਬਣਾਈ ਜਿਹੜੇ ਬਾਗ 'ਚ ਖਲੋਗੇ ਅਨਿਲ ਜੋਸ਼ੀ ਨੇ ਕੀਤਾ ਜਿੱਥੇ ਮਰਜ਼ੀ ਚੱਲ ਜਾਓਗੇ ਅਨਿਲ ਜੋਸ਼ੀ ਨੇ ਬਣਾਇਆ ਤਾਂ ਕੰਮ ਤਾਂ ਆਪ ਬੋਲੀ ਜਾਂਦਾ ਲੋਕ ਬੋਲੀ ਜਾਂਦੇ ਆ ਮੈਨੂੰ ਤਾਂ ਲੋੜ ਨਹੀਂ ਪੈਂਦੀ ਬੋਲਣ ਦੀ 2017 'ਚ ਆ 2017 'ਚ ਅਤੇ ਇਹ ਨਾਲੇ ਇਹ 2015 'ਚ ਅਸੀਂ ਜ਼ਮੀਨ ਲੈ ਲਈ ਅਤੇ 2017 'ਚ ਤਾਂ ਉਹ ਐਮ ਪੀ ਬਣਿਆ ਅਤੇ ਇਹ ਕਿੱਥੋਂ ਲਿਆਇਆ ਜੀ ਮੈਨੂੰ ਇਹ ਦੱਸੋ ਚਲੋ ਇਹ ਤਾਂ ਡੇਟ ਹੀ ਨਹੀਂ ਚੱਲਦੀ ਤੁਸੀਂ ਆਪ ਹੀ ਦੱਸਤਾ ਮੇਰਾ ਇਸ ਗੱਲੋਂ ਸਗੋਂ ਧਿਆਨ ਉੱਕ ਗਿਆ ਸੀ ਹੈਂ 2015 'ਚ ਆ ਵੇਖੋ ਇਹ 5/6/2015 ਹੈ ਨਾ 2 ਤਰੀਕ ਦੀ ਮੇਰੀ ਲੈਟਰ ਆ ਵੇਖੋ 2 ਤਰੀਕ ਦੀ ਮੇਰੀ ਲੈਟਰ ਆ ਇਹ 2/6/15 ਦੀ ਬਾਦਲ ਸਾਹਿਬ ਨੂੰ ਠੀਕ ਹੈ ਉਸ ਤੋਂ ਬਾਅਦ ਮੈਂ ਜੇਟਲੀ ਸਾਹਿਬ ਕੋਲ ਗਿਆ 6 ਤਰੀਕ ਨੂੰ ਅਤੇ ਉਸ ਤੋਂ ਬਾਅਦ ਮੈਂ ਨਾਲ ਹੀ ਬਾਦਲ ਸਾਹਿਬ ਕੋਲ ਗਿਆ ਅਤੇ ਪੈਸੇ ਦਾ ਮੈਂ ਸੈਂਕਸ਼ਨ ਕਰਤੇ ਅਤੇ ਉਹਨਾਂ ਨੂੰ ਕਿਹਾ ਅਫਸਰ ਨੂੰ ਕੋਈ ਜ਼ਮੀਨ ਲੈ ਦਿਓ ਅਤੇ ਇਹ 2015 ਜ਼ਮੀਨ ਲਈ ਗਈ ਅਤੇ ਇਹ ਜਿਹੜੀ ਆ ਉਦਘਾਟਨ ਕਿੰਨੀ ਤਰੀਕ ਨੂੰ ਹੋਇਆ ਇੱਕ ਮਿੰਟ ਇਹ ਜਿਹੜਾ ਮੇਰੇ ਕੋਲ ਪੂਜਾ ਕਰਾਈ ਇਹਨਾਂ ਨੇ ਹੈਂ ਹਾਂ ਪੂਜਾ ਜਿਹੜੀ ਆ ਇਹਨਾਂ ਨੇ ਬਾਅਦ 'ਚ ਜਦੋਂ ਜ਼ਮੀਨ ਲਈ ਗਈ ਉਹਦੀ ਰਜਿਸਟਰੀ ਅੱਛਾ ਇੱਕ ਹੋਰ ਗੱਲ ਸੈਂਟਰ ਨੂੰ ਸਟੇਟ ਦੇ ਵੱਲੋਂ ਟ੍ਰਾਂਸਫਰ ਜਿਹੜੀ ਆ ਨਾ ਉਹ ਵੀ ਕੈਬਨਿਟ ਜਿਹੜੀ ਆ ਉਹਦੇ 'ਚ ਆਪਾਂ ਕਰਵਾਈ ਉਹ ਵੀ ਥੋੜ੍ਹਾ ਟਾਈਮ ਲੱਗਣਾ ਹੈ
ਹਾਂਜੀ 27 ਜੁਲਾਈ ਨੂੰ ਕੈਬਨਿਟ ਰੱਖ ਕੇ ਜਿਹੜੀ ਸਟੇਟ ਨੇ ਸਰਕਾਰ ਨੇ ਜ਼ਮੀਨ ਲਈ ਸੀ ਆਪਣੇ ਪੈਸੇ ਖਰਚ ਕੇ ਜਿਹੜੇ ਮੈਂ ਤੁਹਾਨੂੰ ਦੱਸਿਆ ਦਿੱਤੇ ਇੱਥੋਂ, ਅਤੇ ਜੁਲਾਈ ਦੇ ਵਿੱਚ ਉਹ ਟ੍ਰਾਂਸਫਰ ਕਰਤੀ ਅਸੀਂ ਸੈਂਟਰ ਨੂੰ IIM ਵਾਸਤੇ। ਉਸ ਤੋਂ ਬਾਅਦ ਜਿਹੜਾ ਵਾ ਉਹ ਕੰਮ ਸ਼ੁਰੂ ਹੋਇਆ ਹੌਲੀ ਹੌਲੀ ਕਰਕੇ, ਜਿੰਨਾ ਇਹਨਾਂ ਦੀ ਕਿਉਂਕਿ ਸਾਡਾ ਕੰਮ ਖਤਮ ਹੋ ਗਿਆ, ਸਾਨੂੰ ਮੁੜ ਕੇ ਇਹ ਆ ਵੀ 17 ਦੇ ਵਿੱਚ ਲੋਕਾਂ ਨੇ ਘਰ ਨੂੰ ਭੇਜਤਾ ਅਤੇ 17 'ਚ ਇਹ MP ਬਣਿਆ। ਇਹਦੇ ਸਾਰਾ ਕੁਛ IIM 'ਤੇ ਆ ਗਿਆ ਸੀ, ਜ਼ਮੀਨ ਲੈਤੀ ਸੀ ਅਤੇ ਪੂਜਾ ਪਜਾ ਹੋ ਗਈ ਸਾਰਾ ਕੁਛ, ਅਤੇ ਇਹ ਉਸ ਤੋਂ ਬਾਅਦ ਜਦੋਂ ਆਏ ਆ ਉਦੋਂ ਤਾਂ ਸਿਰਫ ਜਿਹੜਾ ਇਹਦਾ ਮਕਸਦ ਜਿਹੜਾ ਵਾ ਨਾ ਉਹ ਖਰਾਬ ਹੋਇਆ, ਅਤੇ ਉਹਦੇ 'ਚ ਇੰਨਾ ਕੁਛ ਕੀਤਾ ਨਹੀਂ ਜਿਹੜਾ ਤੁਹਾਨੂੰ ਵਾਰ ਵਾਰ ਆਉਣਾ ਵੀ ਸੈਂਟਰ ਆਫ ਐਕਸਲੈਂਸ ਇਨ ਐਗਰੀਕਲਚਰ ਇੰਟਰਪ੍ਰਨਿਓਰਸ਼ਿਪ ਜਿਹੜਾ ਉਹਦੇ ਨਾਲ ਅਟੈਚ ਸੀ, ਅਤੇ ਉਹਦੀ ਬਜਾਏ ਇਹਨਾਂ ਨੇ ਸੈਂਟਰ ਆਫ ਹੈਪੀਨੈਸ ਬਣਾਇਆ ਇਹਨੂੰ, ਇਹਦੇ 'ਤੇ ਵੀਅਰ ਰਹਿਣ ਦੇ, ਇੰਨਾ ਕੀ ਕਰ ਦਿੰਦੇ ਅਤੇ ਫਿਰ ਥੋੜ੍ਹਾ ਬਹੁਤਾ ਕਰੈਡਰ ਲੈ ਲਓ। ਦੋਸ਼ੀ ਹੁਣ ਕਦੇ ਆਪਾਂ ਕੋਈ ਪਰਚਾ ਥੋੜ੍ਹੀ ਕਰਨਾ, ਦੋਸ਼ੀ ਨੇ ਹੁੰਦਾ ਨੈਗਲੀਜੈਂਸੀ ਅਣਗਹਿਲੀ, ਜੋ ਮਕਸਦ ਹੈ MP ਦਾ ਉਹ ਪੂਰਾ ਨਹੀਂ ਕੀਤਾ ਇਹਨਾਂ, ਦੋਸ਼ੀ ਲੋਕ ਠਹਿਰਾਉਣਗੇ ਹੁਣ ਇਲੈਕਸ਼ਨ 'ਚ ਸਜ਼ਾ ਉਹ ਦੇਣਗੇ, ਮੈਂ ਦੋਸ਼ੀ ਕਿਉਂ ਠਹਿਰਾਵਾਂ, ਮੈਂ ਤਾਂ ਆਖੂੰਗਾ ਇਹ ਅਣਗਹਿਲੀ ਆ, ਇਹ ਇਹਨਾਂ ਦੀ ਨੈਗਲੀਜੈਂਸੀ ਆ, ਇਹਨਾਂ ਨੇ ਆਪਣਾ ਮਕਸਦ MP ਬਣਾਉਣ ਦਾ ਜੋ ਲੋਕਾਂ ਦਾ ਸੀਗਾ ਉਹ ਪੂਰਾ ਨਹੀਂ ਕੀਤਾ। ਉਹ ਫਿਰਨ ਨੂੰ ਤਾਂ ਸਾਰੇ ਘਰ ਬੈਠੇ ਫਿਰੀ ਜਾਂਦੇ, ਪਤਾ ਤਾਂ ਹੁਣ ਲੱਗਣਾ ਲੋਕਲ ਵਰਸੇ ਲੋਕਲ ਤਾਂ ਹੋਣੇ ਆ, ਪਹਿਲਾਂ ਬਾਹਰੋਂ ਆਉਂਦੇ ਸੀ, ਫਿਰ ਕੰਮ ਵਰਸੇ ਜ਼ੀਰੋ ਆ ਨਾਲ, ਕੰਮ ਵਰਸੇ ਜ਼ੀਰੋ, ਲੋਕਲ ਵਰਸੇ ਲੋਕਲ, ਕੰਮ ਵਰਸੇ ਜ਼ੀਰੋ। ਚਲੋ ਇਹ ਗਲਤੀਆਂ ਜਿਹੜੀਆਂ ਧਿਆਨ ਰੱਖਣਾ ਚਾਹੀਦਾ ਪੋਲੀਟੀਕਲ ਬੰਦਿਆਂ ਨੂੰ, ਮੈਂ ਇਹਨੂੰ ਇਸ਼ੂ ਨਹੀਂ ਬਣਾਊਂਗਾ, ਪਰ ਧਿਆਨ ਰੱਖਣਾ ਚਾਹੀਦਾ ਵਾ ਕਿਤੇ ਵੀ ਧਰਮ ਨੂੰ ਇਹਦੇ 'ਚ ਨਾਲ ਜੋੜ ਕੇ ਲੋਕਾਂ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ ਉਲਟਾ ਵੀ ਹੋ ਜਾਂਦਾ ਕਈ ਵਾਰੀ, ਅਤੇ ਇਹ ਉਲਟਾ ਕਈ ਵਾਰੀ ਹੋਇਆ ਅਤੇ ਫਿਰ ਮਾਫੀਆਂ ਮੰਗਣੀਆਂ ਪੈਂਦੀਆਂ ਵਾ। ਇਸ ਜਿਹੜਾ ਨਾ MP ਇਹਨੇ ਵੀ ਭਾਂਡੇ ਮਾਜੇ ਜਾ ਕੇ ਵਾਲਮੀਕ ਤੀਰਥ, ਪਤਾ ਨਾ, ਪਤਾ ਕਿ ਨਹੀਂ ਪਤਾ।